ਵਿੱਚ ਗੁਰਦੁਆਰਾ ਮੰਗੂ ਮੱਠ ਢਾਏ ਜਾਣ ਦੇ ਸੰਬੰਧ ਵਿੱਚ ਲੋਕ ਇਨਸਾਫ ਪਾਰਟੀ ਤੇ ਪੁਰੀ ਦੇ ਅਨੇਕਾਂ ਸਿੱਖ ਸੰਗਠਨਾਂ ਦੇ ਮੈਂਬਰਾਂ ਨੇ ਰੋਸ ਮਾਰਚ ਕੱਢਿਆ। ਇਸ ਦੌਰਾਨ ਭੁਵਨੇਸ਼ਵਰ ਦੇ ਵਿਧਾਨ ਸਭਾ ਚੌਂਕ ਵਿਖੇ ਧਰਨਾ ਵੀ ਮਾਰਿਆ ਗਿਆ। ਪਾਰਟੀ ਦੇ ਮੈਂਬਰਾਂ ਵੱਲੋਂ ਉੜੀਸਾ ਦੇ ਰਾਜਪਾਲ ਗਣੇਸ਼ੀ ਲਾਲ ਨਾਲ ਮੁਲਾਕਾਤ ਵੀ ਕੀਤੀ ਗਈ ਤੇ ਇਸ ਮੌਕੇ ਤੇ ਉਹਨਾਂ ਨੇ ਭੁਵਨੇਸ਼ਵਰ ਦੇ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਸਿੱਖ ਸੰਗਤ ਨੂੰ ਦੇਣ ਦੀ ਮੰਗ ਕੀਤੀ ਹੈ। ਪਹਿਲੀ ਹੈਗੀ ਆ ਜਿਹੜਾ ਮੰਗੂ ਮੱਠ ਗੁਰਦੁਆਰਾ ਜਿੱਥੇ ਅਸਥਾਨ ਢਾਇਆ ਗਿਆ ਮੰਗੂ ਮੱਠ ਆਰਤੀ ਸਾਹਿਬ ਕਵਾਂਗੇ ਕਿਉਂਕਿ ਗੁਰੂ ਨਾਨਕ ਸਾਹਿਬ ਲੰਬਾ ਸਮਾਂ ਉੱਥੇ ਰਹੇ ਬ੍ਰਾਹਮਣ ਦੀ। ਇਹ ਸਾਰੀ ਬਰੀਫਿੰਗ ਤੋਂ ਬਾਅਦ ਜਿਹੜਾ ਮੰਗੂ ਮੱਠ ਢਾਇਆ ਗਿਆ ਉਹ ਦੁਆਰਾ ਉਹੀ ਜਗ੍ਹਾ ਉਹ ਸਿੱਖ ਕੌਮ ਨੂੰ ਸੌਂਪੀ ਜਾਵੇ ਜਿਹੜੀ ਉਹਨਾਂ ਨੇ ਆਪਣੇ OSD ਨੂੰ PA ਨੂੰ ਨੋਟ ਕਰਾਈ ADC ਨੂੰ ਨੋਟ ਕਰਾਤਾ। ਸੈਕਿੰਡ ਡਿਮਾਂਡ ਸਾਡੀ ਸੀਗੀ ਜਿਹੜਾ ਬੌਲੀ ਮੱਠ ਗੁਰਦੁਆਰਾ ਬੌਲੀ ਮੱਠ ਸਾਹਿਬ ਆ ਬਾਕੀ ਏਰੀਏ ਦੇ ਵਿੱਚ ਸਾਰਾ ਪਾਣੀ ਜਿਹੜਾ ਉਹ ਖਾਰਾ ਸਿਰਫ ਗੁਰੂ ਨਾਨਕ ਸਾਹਿਬ ਦੀ ਕਿਰਪਾ 38 ਪੌੜੀਆਂ ਉਤਰ ਕੇ ਰਾਤ ਆਪਾਂ ਜਾ ਕੇ ਆਏ ਹਾਂ ਐਂਡ ਉਹ ਬੌਲੀ ਮੱਠ ਦਾ ਪਾਣੀ ਮਿੱਠਾ ਉਹ ਬੌਲੀ ਨੂੰ ਜਿਹੜਾ ਇਹ ਕੋਰੀਡੋਰ ਬਣਾ ਰਹੇ ਆ ਦਰਿਆ ਤੋਂ ਸਿੱਧਾ ਜਗਨਨਾਥ ਮੰਦਿਰ ਤੱਕ ਸਾਨੂੰ ਪਤਾ ਲੱਗਿਆ ਭਰੋਸੇਯੋਗ ਸੂਤਰਾਂ ਤੋਂ ਵੀ ਉਸ ਪਲੈਨਿੰਗ ਦੇ ਵਿੱਚ ਬੌਲੀ ਮੱਠ ਵੀ ਇਹਨਾਂ ਨੇ ਢਾ ਦੇਣਾ। ਅਸੀਂ ਉਹ ਰਿਕੁਐਸਟ ਕੀਤੀ ਹੈ ਬੌਲੀ ਮੱਠ ਢਾਇਆ ਨਾ ਜਾਵੇ ਥੋੜ੍ਹਾ ਜਿਹਾ ਜਿਹੜਾ ਉਸ ਪਲੈਨ ਦੇ ਵਿੱਚ ਅਮੈਂਡਮੈਂਟ ਐਡੀਟਿੰਗ ਕਰ ਲਈ ਜਾਵੇ ਤਾਂ ਜੋ ਜਿਹੜੀ ਰੋਡ ਆ ਥੋੜ੍ਹੀ ਜਿਹੀ ਉਹ ਤੋਂ ਹਟ ਕੇ ਬੌਲੀ ਮੱਠ ਸਾਹਿਬ ਉਸੇ ਤਰੀਕੇ। ਤੀਜੀ ਜਿਹੜੀ ਡਿਮਾਂਡ ਨੋਟ ਡਾਊਨ ਕੀਤੀ ਉਹਨਾਂ ਨੇ ਉਹ ਹੈਗੀ ਆ ਨਾਨਕ ਮੱਠ ਜਿਹਨੂੰ ਹੁਣ ਇਹਨਾਂ ਨੇ ਪੰਜਾਬੀ ਮੱਠ ਦਾ ਨਾਮ ਦੇ ਤਾ ਉਹ ਜਗ੍ਹਾ ਦੇ ਵਿੱਚ ਇਹਨਾਂ ਨੇ ਪੁਲਿਸ ਨੀਮ ਫੌਜੀ ਦਸਤੇ ਬਿਠਾਏ ਹੋਏ ਆ। ਕੱਲ੍ਹ ਤੁਹਾਡੀ ਹਾਜ਼ਰੀ ਦੇ ਵਿੱਚ ਸਾਨੂੰ ਵੀ ਜਾਣ ਨਹੀਂ ਦਿੱਤਾ ਅਸੀਂ ਰੋਸ ਪ੍ਰਗਟ ਕੀਤਾ ਵੀ ਸਾਨੂੰ ਕਿਉਂ ਰੋਕਦੇ ਆ ਕਹਿੰਦੇ ਜੀ ਉਹ ਅਸੀਂ ਚੈੱਕ ਕਰਦੇ ਹਾਂ ਉਹਨੂੰ ਢਾਇਆ ਨਾ ਜਾਵੇ ਸੁੰਦਰੀਕਰਨ ਦੇ ਨਾਮ ਦੇ ਉੱਤੇ ਉਹਨੂੰ ਬਿਊਟੀਫੁੱਲ ਕੀਤਾ ਜਾਵੇ ਪਰ ਉਹਨੂੰ ਗਰਾਇਆ ਨਾ ਜਾਵੇ ਐਂਡ ਗਵਰਨਰ ਸਾਹਿਬ ਨੇ ਇਸ ਗੱਲ ਨੂੰ ਲੈ ਕੇ ਬੜੀ ਸੁਹਿਰਤਾ ਦਿਖਾਈ ਹੈ। ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਵੀ ਪੰਜਾਬੀ ਕੌਮ ਦਾ ਬੱਚਾ ਹੀ ਹੈਗਾ ਮਤਲਬ ਬਹੁਤ ਸੁੰਦਰ ਸ਼ਬਦਾਂ ਦੇ ਵਿੱਚ ਐਂਡ ਉਹਨਾਂ ਨੇ ਇਨਸ਼ੋਰ ਕੀਤਾ ਵੀ ਅਸੀਂ ਮੇਰੇ ਵੱਲੋਂ ਐਜ਼ ਗਵਰਨਰ ਜੋ ਮੈਕਸੀਮਮ ਹੋ ਸਕੂਗਾ ਮੈਂ ਉਹ ਲਾਜ਼ਮੀ ਕਰੂੰਗਾ। ਸੋ ਐਟੀਟਿਊਡ ਬੜਾ ਹਾਂ ਪੱਕੀ ਸੀਗਾ। ਮੈਂ ਉੜੀਆ ਲੋਕਾਂ ਦਾ ਧੰਨਵਾਦ ਕੀਤਾ ਕਿਉਂਕਿ ਜਦੋਂ ਆਪਾਂ ਉੱਥੇ ਗਏ ਹਾਂ ਤਾਂ ਬਹੁਤ ਸਾਰੇ ਉੜੀਆ ਲੋਕਾਂ ਨੇ ਮੇਰਾ ਖਿਆਲ ਸਾਡੇ ਨਾਲੋਂ ਵੀ ਗੁਰੂ ਨਾਨਕ ਸਾਹਿਬ ਨੂੰ ਇੰਨੀ ਸ਼ਰਧਾ ਦਿਖਾਈ ਹੈ ਸਿਰ ਝੁਕਦਾ। ਅਤੇ ਬੈਂਸ ਸਾਹਿਬ ਹੁਣ ਗਵਰਨਰ ਸਾਹਿਬ ਦੇ ਜਿਹਨੇ ਚੀਜ਼ਾਂ ਉਹਨਾਂ ਨੇ ਨੋਟ ਡਾਊਨ ਕੀਤੀਆਂ ਨੇ ਪਿੰਡ ਡਾਊਨ ਕੀਤੀਆਂ ਨੇ ਉਸ ਤੋਂ ਬਾਅਦ ਹੁਣ ਜਦੋਂ ਪੰਜਾਬ ਪਹੁੰਚੋਗੇ ਕੀ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਗਵਰਨਰ ਸਾਹਿਬ ਨੇ ਨਾਲ ਇਹ ਵੀ ਕਿਹਾ ਵੀ ਜਿਹੜੇ ਤੁਹਾਡੀ ਕਮਿਊਨਿਟੀ ਦੇ MLAs MPs ਕੇਂਦਰ ਦੇ ਅੰਦਰ ਲੋਕ ਸਭਾ ਰਾਜ ਸਭਾ ਦੇ ਵਿੱਚ ਅਸੀਂ ਇਹ ਵੀ ਕਹਾਂਗੇ ਜਿੰਨੀਆਂ ਧਾਰਮਿਕ ਜਥੇਬੰਦੀਆਂ ਮੈਂ ਵੀ ਅਪਰੋਚ ਕਰੂੰਗਾ ਕਿ ਅਸੀਂ ਉਹਨਾਂ ਨੂੰ ਕਹੀਏ ਵੀ ਤੁਸੀਂ ਲੋਕ ਸਭਾ ਦੇ ਵਿੱਚ ਇਹ ਇਸ਼ੂ ਨੂੰ ਚੰਗੇ ਵਧੀਆ ਤਰੀਕੇ ਢੰਗ ਨਾਲ ਉਠਾਓ ਤਾਂ ਜੋ ਮੰਗੂ ਮੱਠ ਤੋਂ ਬਾਅਦ ਦੇਸ਼ ਅੰਦਰ ਕੋਈ ਹੋਰ ਇਸ ਤਰੀਕੇ ਦੀ ਮਾੜੀ ਘਟਨਾ ਵਾਪਰ ਨਾ ਸਕੇ ਅਤੇ ਮੰਗੂ ਮੱਠ ਦੀ ਜਿਹੜੀ ਜ਼ਮੀਨ ਹੈਗੀ ਆ ਵਾਪਸ ਉਹ ਗੁਰੂ ਘਰ ਦੇ ਰੂਪ ਦੇ ਵਿੱਚ ਉੱਥੇ ਗੁਰਦੁਆਰਾ ਆਰਤੀ ਸਾਹਿਬ ਜਿਹੜਾ ਉਹ ਸੁਸ਼ੋਭਿਤ ਹੋਣਾ ਚਾਹੀਦਾ। ਬਿਊਰੋ ਰਿਪੋਰਟ ਰੰਗਲਾ TV।